ਅਕਾਲੀ ਦੇ SHO ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਨਾਲ ਵਿਸ਼ੇਸ਼ ਮੁਲਾਕਾਤ। ਰਿਪੋਰਟਰ ਜਤਿੰਦਰ ਕੁਮਾਰ ਜੀ ਵੱਲੋਂ SHO ਸਰਦਾਰ ਸੁਖਦੇਵ ਸਿੰਘ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਅੱਜ ਦੇ ਸ਼ਿਵਰਾਤਰੀ ਦੇ ਵਿਸ਼ੇਸ਼ ਦਿਵਸ ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਅਤੇ ਲੋਕਾਂ ਦੀ ਹੋਈ ਭੀੜ ਨੂੰ ਕੰਟਰੋਲ ਕਰਨ ਲਈ ਕੀ ਵਿਵਸਥਾਵਾਂ ਕੀਤੀਆਂ ਹਨ? ਆਓ ਅਸੀਂ ਜਾਣਦੇ ਹਾਂ SHO ਸਾਹਿਬ ਤੋਂ ਵੀ ਕੱਲ੍ਹ ਬਾਰੇ। ਅਸੀਂ ਆ ਚੁੱਕੇ ਹਾਂ SHO ਸਾਹਿਬ ਸੁਖਦੇਵ ਜੀ ਪਰ, ਜਿਨ੍ਹਾਂ ਦੇ ਬਾਰੇ ਅਸੀਂ ਵਿਚਾਰ ਜਾਣਨਾ ਚਾਹੁੰਦੇ ਹਾਂ। ਜਿਵੇਂ ਪਿਛਲੇ ਸਾਲ ਦੇ ਅਕੋਰਡਿੰਗ, ਅਲਕੋਹਲ ਦੇ ਲੰਗਰ ਦੇ ਅਕੋਰਡਿੰਗ, ਜਾਂ ਫਿਰ ਆਪਣੇ ਸ਼ਹਿਰ ਵਿੱਚ ਨਗਰ ਕੀਰਤਨ ਅਤੇ ਭੂਤਨਾਥ ਦੇ ਮੰਦਰ ਵਿੱਚ ਜਿਵੇਂ ਰਸ਼ ਹੋਏਗਾ, ਉਹਦੇ ਅਕੋਰਡਿੰਗ ਕਾਨੂੰਨੀ ਵਿਵਸਥਾ ਦੇ ਬਾਰੇ ਤੁਸੀਂ ਕੀ ਇੰਤਜ਼ਾਮ ਕਰੇ ਨੇ ਸਾਡੇ SHO ਸਾਹਿਬ ਸੁਖਦੇਵ ਜੀ? ਆਪਣਾ ਜਿਵੇਂ ਨਗਰ ਕੀਰਤਨ ਨਿਕਲੇਗਾ ਕੱਲ੍ਹ ਹੀ ਆਪਣਾ ਬਾਜ਼ਾਰ 'ਚ, ਅਤੇ ਭੂਤਨਾਥ ਦੇ ਮੰਦਰ 'ਤੇ ਕਾਫੀ ਰਸ਼ ਹੋਏਗਾ, ਉਸਦੇ ਅਕੋਰਡਿੰਗ ਕਾਨੂੰਨੀ ਵਿਵਸਥਾ ਬਾਰੇ ਤੁਸੀਂ ਆਪਣੇ ਕੁਝ ਵਿਚਾਰ ਸਾਂਝੇ ਕਰਨਾ ਚਾਹੋਗੇ ਜਨਤਾ ਨਾਲ? ਬਿਲਕੁਲ ਜੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੇ ਹਰਸ਼ ਉਲਾਸ ਨਾਲ ਪਟਿਆਲਾ ਵਿਖੇ ਮਨਾਇਆ ਜਾ ਰਿਹਾ, ਅਤੇ ਇਹਦੇ 'ਚ ਇੱਕ ਤਾਂ ਸਾਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਏਗੀ, ਉਹਦੇ ਵਾਸਤੇ ਵੱਖਰੇ ਇੰਤਜ਼ਾਮ ਕੀਤੇ ਗਏ ਨੇ, ਜਿੱਥੋਂ ਚੱਲ ਕੇ ਜਿੱਥੇ ਸਮਾਪਤ ਹੋਣੀ ਹੈ, ਸਾਰੇ ਰੂਟ 'ਤੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ, ਟ੍ਰੈਫਿਕ ਇੰਤਜ਼ਾਮ ਕੀਤੇ ਗਏ ਨੇ, ਅਤੇ ਇਸ ਤੋਂ ਇਲਾਵਾ ਹੋਰ ਮੰਦਰਾਂ 'ਚ ਵੀ ਬਹੁਤ ਜ਼ਿਆਦਾ ਰਸ਼ ਹੁੰਦਾ, ਖਾਸ ਤੌਰ 'ਤੇ ਸ਼ਿਵਜੀ ਮਹਾਰਾਜ ਦੇ ਜਿਹੜੇ ਮੰਦਰ ਨੇ, ਜਿਵੇਂ ਭੂਤਨਾਥ ਮੰਦਰ ਹੈ, ਕੇਦਾਰਨਾਥ ਮੰਦਰ ਹੈ, ਕਿਲ੍ਹਾ ਚੌਂਕ 'ਚ ਸ਼ਿਵ ਮੰਦਰ ਹੈਗਾ, ਇੱਥੇ ਕਾਫੀ ਭੀੜ ਹੁੰਦੀ ਹੈ। ਹਰ ਜਗ੍ਹਾ 'ਤੇ ਅਸੀਂ ਜਿਹੜਾ ਡੋਰ ਫਰੇਮ ਡਿਟੈਕਟਰ ਲਾਏ ਹੋਏ ਨੇ, ਮੈਟਲ ਡਿਟੈਕਟਰ ਲਾਏ ਹੋਏ ਨੇ, CCTV ਕੈਮਰਾ ਦਾ ਪ੍ਰਬੰਧ ਕਰਵਾਇਆ ਅਸੀਂ ਮੰਦਰ ਕਮੇਟੀਆਂ ਨਾਲ ਤਾਲਮੇਲ ਕਰਕੇ, ਅਦਰਵਾਈਜ਼ ਪੱਕੇ ਤੌਰ 'ਤੇ ਵੀ CCTV ਕੈਮਰੇ ਲਗਵਾਏ ਹੋਏ ਨੇ ਸਾਰੇ ਮੰਦਰਾਂ 'ਚ, ਅਤੇ ਹਰ ਪੱਖੋਂ ਅਸੀਂ ਸੁਰੱਖਿਆ ਦਾ ਇੰਤਜ਼ਾਮ ਕੀਤਾ ਹੋਇਆ। ਜਿੱਥੋਂ ਤੱਕ ਤੁਸੀਂ ਲੰਗਰ ਦੀ ਗੱਲ ਕੀਤੀ ਹੈ, ਜੋ ਇਸ ਪਰਬ 'ਤੇ ਸ਼ਰਧਾ ਦੇ ਹਿਸਾਬ ਨਾਲ ਜੋ ਇਹਨਾਂ ਦੀ ਇੱਕ ਰਵਾਇਤ ਹੈ, ਉਹਦੇ ਤਹਿਤ ਹੀ ਜਿਹੜੇ ਲੰਗਰ ਚੱਲ ਰਹੇ ਨੇ। ਬਾਕੀ ਇਸ ਸੰਬੰਧੀ ਜਿਹੜਾ ਮੰਦਰ ਕਮੇਟੀਆਂ ਨਾਲ ਪ੍ਰਸ਼ਾਸਨ ਵੱਲੋਂ ਮੀਟਿੰਗ ਕਰਕੇ ਵੀ ਉਹਨਾਂ ਨੂੰ ਤਾਕੀਦ ਕੀਤੀ ਹੈ ਕਿ ਕਿਸੇ ਤਰੀਕੇ ਦਾ ਕੋਈ ਗਲਤ ਪ੍ਰਚਾਰ ਜਾਂ ਗਲਤ ਤਰੀਕੇ ਦਾ ਕੋਈ ਵਰਤੋਂ ਨਾ ਕਰਨ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਤੁਸੀਂ ਦੇਖਿਆ ਵੀ ਸੁਖਦੇਵ ਜੀ ਦੇ ਪਦ ਸੰਭਨ ਨਾਲ ਕਾਫੀ ਹੱਦ ਤੱਕ ਕ੍ਰਾਈਮ ਨੂੰ ਕੰਟਰੋਲ ਕੀਤਾ ਗਿਆ, ਉਸੀ ਤਰ੍ਹਾਂ ਸਰ ਨੇ ਕੱਲ੍ਹ ਦੇ ਅਕੋਰਡਿੰਗ ਹੀ ਵੀ ਕੋਈ ਆਮ ਜਨਤਾ ਪਰੇਸ਼ਾਨ ਨਾ ਹੋਵੇ ਦੇ ਅਕੋਰਡਿੰਗ ਬਹੁਤ ਹੀ ਵਧੀਆ ਇੰਤਜ਼ਾਮ ਕਰ ਰੱਖੇ ਨੇ। ਆਪ ਜੀ ਦਾ ਧੰਨਵਾਦ।